ਨਿਹੰਗ ਅਜੀਤ ਸਿੰਘ ਪੂਲਾ ਨੂੰ ਅੰਮ੍ਰਿਤਸਰ ਦੀ ਜੇਲ੍ਹ 'ਚ ਤੇਲ ਪਾ ਕੇ ਸਾੜਨ ਵਾਲਿਆਂ 'ਚ ਸ਼ਾਮਲ ਭਾਈ ਹਰਚੰਦ ਸਿੰਘ ਨੂੰ ਕਤਲ ਕੇਸ ਮਾਮਲੇ 'ਚ ਸਜ਼ਾ ਪੂਰੀ ਕਰਨ ਪਿੱਛੋਂ ਅੱਜ ਰਿਹਾਅ ਕਰ ਦਿੱਤਾ ਗਿਆ। ਉਹਨਾਂ ਦੀ ਰਿਹਾਈ ਮੌਕੇ ਜੇਲ੍ਹ ਦੇ ਬਾਹਰ ਸਿੱਖ ਆਗੂਆਂ ਦੀ ਅਗਵਾਈ 'ਚ ਇਕੱਠੀ ਹੋਈ ਸੰਗਤ ਵੱਲੋਂ ਭਾਈ ਹਰਚੰਦ ਸਿੰਘ ਦਾ ਜੋਸ਼ੀਲੇ ਅੰਦਾਜ਼ ਵਿੱਚ ਸਵਾਗਤ ਕੀਤਾ ਗਿਆ। ਇਸ ਮੌਕੇ ਹਾਜ਼ਰ ਲੱਖਾਂ ਸਿਧਾਣਾ ਨੇ ਭਾਈ ਹਰਚੰਦ ਸਿੰਘ ਨੂੰ ਸਿੱਖ ਸੰਘਰਸ਼ ਦੇ ਅਸਲੀ ਨਾਇਕ ਕਰਾਰ ਦਿੰਦਿਆਂ ਨੌਜਵਾਨਾਂ ਨੂੰ ਫਿਲਮੀ ਨਾਇਕਾਂ ਦੀ ਬਜਾਏ ਸਿੱਖ ਕੌਮ ਦੇ ਅਜਿਹੇ ਅਸਲੀ ਨਾਇਕਾਂ ਨੂੰ ਆਪਣਾ ਆਦਰਸ਼ ਮੰਨਣ ਦੀ ਗੱਲ ਕਹੀ। ਅਸਲੀ ਹੀਰੋ ਸਾਡੇ ਇਹ ਉਹ ਯੋਧੇ ਨੇ ਜਿਨ੍ਹਾਂ ਨੇ 2008 ਦੇ ਵਿੱਚ ਉਸ ਪੂਲੇ ਨੂੰ ਗੱਡੀ ਚਾੜਿਆ ਸੀ, ਅੰਦਰ ਤੇਲ ਪਾ ਕੇ ਮਚਾਇਆ ਸੀ, ਜਿਹੜਾ ਬਿਆਂਤੇ ਬੁੱਚੜ ਦਾ ਤੇ KPS ਗੱਲ ਦਾ ਕੈਟ ਹੁੰਦਾ ਸੀ, ਜਿਹਨੇ ਪਤਾ ਨਹੀਂ ਕਿੰਨੀਆਂ ਬੱਚੀਆਂ ਨਾਲ ਬਲਾਤਕਾਰ ਕੀਤਾ। ਮੈਨੂੰ ਦੱਸਿਆ ਵੀਰ ਗੱਗੂ ਨੇ ਕਿ ਬੰਦੇ ਨੂੰ ਮਚਾ ਕੇ ਜਾਂਦੇ ਨੂੰ ਜਾਂ ਕੜਾਹੇ ਦੇ ਵਿੱਚ ਸਿੱਟ ਕੇ ਉਬਲਦੇ ਦੇ ਵਿੱਚ ਕੋਲੇ ਭੰਗੜਾ ਪਾਉਂਦਾ ਹੁੰਦਾ ਸੀ, ਇਸ ਤਰ੍ਹਾਂ ਦੇ ਹਾਲਾਤ ਸੀ। ਉਸ ਬੰਦੇ ਨੂੰ ਇਹਨਾਂ ਨੇ ਗੱਡੀ ਚਾੜਿਆ। ਅੱਜ ਵੀਰ ਗੱਗੂ ਪਹਿਲਾਂ ਬਾਹਰ ਆ ਗਿਆ ਸੀਗਾ 2015 ਦੇ ਵਿੱਚ, ਹਰਚੰਦ ਅੱਜ ਆਇਆ 2008 ਤੋਂ ਲੈ ਕੇ 10 ਸਾਲ, ਅੱਜ 10 ਸਾਲਾਂ ਬਾਅਦ ਬਾਹਰ ਆਇਆ। ਸੋ ਮੈਂ ਕਹਿੰਦਾ ਐਸੇ ਜਿਹੇ ਨੌਜਵਾਨ ਸਾਡੇ ਲਈ ਪ੍ਰੇਰਨਾ ਸਰੋਤ ਹੁੰਦੇ ਨੇ, ਇਹਨਾਂ ਇਹੋ ਜਿਹੇ ਨੌਜਵਾਨ ਨੂੰ ਸਾਨੂੰ ਅਗਵਾਈ ਲੈਣ ਦੀ ਲੋੜ ਹੁੰਦੀ ਹੈ, ਇਹੀ ਸਾਡੇ ਅਸਲ ਮਾਰਗਦਰਸ਼ਕ ਨੇ ਤੇ ਸਾਡੇ ਰੋਲ ਮਾਡਲ ਨੇ। ਸੋ ਮੈਂ ਨੌਜਵਾਨ ਪੀੜ੍ਹੀ ਨੂੰ ਇਹ ਬੇਨਤੀ ਕਰਦਾ ਕਿ ਸਾਨੂੰ ਜ਼ਰੂਰ ਇਹਨਾਂ ਵੀਰਨਾਂ ਦੀਆਂ ਪ੍ਰੇਰਨਾ ਦੇ ਅੱਗੇ ਲੈ ਕੇ ਚੱਲਣਾ ਚਾਹੀਦਾ ਅੱਗੇ। ਔਰ ਸਭ ਤੋਂ ਪਹਿਲਾਂ ਤਾਂ ਮੈਂ ਲੱਖੀ ਵੀਰ ਦਾ ਔਰ ਹੋਰ ਵੀ ਨਾਲ ਜਿਹੜੇ ਇਹਨਾਂ ਦੇ ਸੱਜਣ ਆਏ ਹਨ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਹਰਚੰਦ ਵੀਰ ਅੱਜ 12-13 ਸਾਲ ਬਾਅਦ ਵੀਰ ਬਾਹਰ ਆਇਆ ਹੈ, ਔਰ ਸਾਰੇ ਹੀ ਵੀਰਾਂ ਨੇ ਉਹਦਾ ਬਾਹਰ ਚਲੋ ਸਵਾਗਤ ਕਰਨ ਵਾਸਤੇ ਇਕੱਤਰ ਹੋਏ ਹਨ। ਔਰ ਪੂਲੇ ਕਾਂਡ ਦੇ ਵਿੱਚੋਂ ਚਲੋ ਇੱਕ 2008 ਦੇ ਵਿੱਚ ਉਹ ਕੇਸ ਸਾਡਾ ਨਾਮਜ਼ਦ ਹੋਇਆ ਸੀਗਾ, ਔਰ ਉਸ ਕੇਸ ਦੇ ਵਿੱਚੋਂ ਮਾਨਯੋਗ ਅਦਾਲਤ ਨੇ ਸਾਨੂੰ ਬਰੀ ਕਰ ਦਿੱਤਾ ਸੀਗਾ। ਉਹਨੇ ਉਹ ਇੱਕ ਵਾਹਿਗੁਰੂ ਨੇ ਸੇਵਾ ਲਈ ਸੀਗੀ, ਔਰ ਉਹਦੇ ਵਿੱਚ ਪਰਮਾਤਮਾ ਹੀ ਅੱਜ ਸਾਨੂੰ ਪਰਮਾਤਮਾ ਨੇ ਕੇਸ ਨੂੰ ਬਰੀ ਕੀਤਾ ਹੈ। ਅਤੇ ਬਾਕੀ ਵੀਰ ਆਪ ਦੱਸੇਗਾ ਹਰਚੰਦ ਵੀਰ ਵੀ ਕਿਵੇਂ ਅੰਦਰ ਚਲੋ ਵੀਰ 12-13 ਸਾਲ ਬਾਅਦ ਸਾਰਿਆਂ ਦੇ ਰੂਬਰੂ ਹੋਇਆ ਹੈ, ਔਰ ਸਭ ਇਹ ਸਾਰਿਆਂ ਵੀਰਾਂ ਦੀਆਂ ਪੂਰੀ ਸਿੱਖ ਕੌਮ ਦੀਆਂ ਜਿਹੜੀਆਂ ਅਸੀਸਾਂ ਹਨ ਇਹ ਉਹਨਾਂ ਦੇ ਸਦਕੇ ਹੈ ਕਿ ਸਾਰਿਆਂ ਨੇ ਅਰਦਾਸਾਂ ਕੀਤੀਆਂ ਸਾਨੂੰ ਦੋ ਕਿ ਚਲੋ ਇਹ ਆਪੋ ਆਪਣੇ ਪਰਿਵਾਰਾਂ 'ਚ ਜਾਣ। ਚਲੋ ਪਰਮਾਤਮਾ ਨੇ ਥੋੜ੍ਹਾ ਸਮਾਂ ਚਲੋ ਲੇਟ ਹੋ ਗਿਆ ਹੈ ਵੀਰ, ਪਰ ਚਲੋ ਦੇਰ ਆਏ ਦਰੁਸਤ ਆਏ, ਵੀਰ ਅੱਜ ਬਾਹਰ ਆ ਰਿਹਾ ਹੈ ਆਪਣੇ ਪਰਿਵਾਰ 'ਚ ਜਾ ਰਿਹਾ ਹੈ, ਔਰ ਖਾਸ ਕਰ ਸਾਰੇ ਵੀਰ ਆਏ ਹਨ। ਚਲੋ ਗੁਰੂ ਮਹਾਰਾਜ ਨੇ ਬੜੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਇੱਥੋਂ ਮਹਾਰਾਜ ਸੱਚੇ ਪਾਤਸ਼ਾਹ ਹਰ ਕਿਸੇ ਜਾਤੀਆਂ ਦੀ ਜਿੱਤ ਪੱਛੀ। ਇਹਨਾਂ ਉਹ ਯੋਧਿਆਂ ਨੇ ਉਸ ਪਾਪੀ ਨੂੰ ਗੱਡੀ ਚੜਿਆ ਜਿਹਦੀ ਦਹਿਸ਼ਤ ਪੂਰੇ ਪੰਜਾਬ 'ਚ ਨਹੀਂ ਬਾਕੀ ਦੀਆਂ ਆਲੇ ਦੁਆਲੇ ਦੀਆਂ ਸਟੇਟਾਂ ਦੇ ਵਿੱਚ ਵੀ ਹੁੰਦੀ ਸੀ। ਕਦੇ ਪੜ੍ਹ ਕੇ ਦੇਖਿਓ, ਉਹਨਾਂ ਦੀ ਕਿਤਾਬ ਇੱਕ ਛਪੀ ਹੈ ਅੰਤ ਦਾ ਅੰਤ, ਉਹ ਸਾਨੂੰ ਸਾਰਾ ਮੈਂ ਨੌਜਵਾਨਾਂ ਨੂੰ ਕਹਿੰਦਾ ਉਹ ਕਿਤਾਬ ਜ਼ਰੂਰ ਪੜ੍ਹਿਓ, ਤੁਹਾਨੂੰ ਪਤਾ ਲੱਗੂਗਾ ਕਿ ਪੂਲਾ ਕੀ ਚੀਜ਼ ਸੀ ਅਤੇ ਪੂਲੇ ਨੇ ਕਿਹੋ ਜਿਹਾ ਗਦਰ ਮਚਾਇਆ ਹੋਇਆ ਸੀ, ਅਤੇ ਜਿਉਂਦੇ ਨੂੰ ਇਹਨਾਂ ਨੇ ਜੇਲ੍ਹ ਦੇ ਵਿੱਚ ਤੇਲ ਸੱਟ ਕੇ ਜਿਉਂਦੇ ਨੂੰ ਲਾਂਬੂ ਲਾ ਕੇ ਜਿਉਂਦੇ ਨੂੰ ਬਚਾਇਆ ਸੀ, ਇਹ ਉਹ ਯੋਧੇ ਨੇ। ਸੋਨੇ ਹਾਂ ਸੋਨੇ ਹਾਂ ਸੋਨੇ ਹਾਂ ਸੋਨੇ ਹਾਂ ਸੋਨੇ ਹਾਂ ਸੋਨੇ ਹਾਂ ਸੋਨੇ ਹਾਂ।
ਮੇਰੇ ਹੋਰ ਯਾਦ ਆ ਕਿ ਮੈਂ ਕਹਿਣੀ ਚਾਹੂੰਗਾ ਕਿ ਕੌਮ ਲਈ ਬਹੁਤ ਵੱਡੀਆਂ ਇਹਨਾਂ ਨੇ ਕੁਰਬਾਨੀਆਂ ਕੀਤੀਆਂ, ਸਜ਼ਾਵਾਂ ਵੀ ਕੱਟੀਆਂ ਨੇ ਅਤੇ ਆਪਣੇ ਕੰਮ ਨੂੰ ਅੰਜਾਮ ਤੱਕ ਵੀ ਪਹੁੰਚਾਇਆ। ਪਰ ਅੱਜ ਦੁੱਖ ਦੀ ਗੱਲ ਹੈ ਕਿ ਸਾਡਾ ਕੋਈ ਵੀ ਧਾਰਮਿਕ ਆਗੂ ਇੱਥੇ ਨਹੀਂ ਪਹੁੰਚਿਆ। ਵੱਡੀਆਂ ਵੱਡੀਆਂ ਟਾਰਾਂ ਮਾਰਨ ਵਾਲੇ, ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ, ਵੱਡੇ ਵੱਡੇ ਦਮਗਜੇ ਮਾਰਦੇ ਹੁੰਦੇ ਨੇ ਜਿਹੜੇ ਕਿ ਅਸੀਂ ਕੌਮ ਦੇ ਰਹਿਬਰ ਹਾਂ, ਅਸੀਂ ਕੌਮ ਦੇ ਆਗੂ ਹਾਂ, ਅਸੀਂ ਕੌਮ ਦੇ ਜਥੇਦਾਰ ਹਾਂ, ਉਹਨਾਂ 'ਚ ਕੋਈ ਬੰਦਾ ਵੀ ਅੱਜ ਇਸ ਵੀਰ ਨੂੰ ਇਹਦਾ ਸਵਾਗਤ ਕਰਨ ਦੇ ਲਈ ਜੇਲ੍ਹ ਦੇ, ਇਸ ਗੱਲ ਦਾ ਹਮੇਸ਼ਾ ਸਾਨੂੰ ਦੁੱਖ ਆਇਆ। ਹਾਂਜੀ, ਮੈਂ ਲੱਖੇ ਵੀਰ ਜੀ ਨੇ ਜਿਹੜੀ ਗੱਲ ਕੀਤੀ ਹੈ ਇਹ ਬੜੀ ਹੀ ਇਹ ਵਾਕਿਆ ਹੀ ਇੱਕ ਬੜੀ ਖਾਸ ਗੱਲ ਹੈ ਕਿ ਇੱਕ ਸਦੀ ਦਾ ਸਭ ਤੋਂ ਮਤਲਬ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਰੂਲ ਪਰਸਨ ਕਹਿ ਸਕਦੇ ਹਾਂ ਕਿ ਜਿਸ ਬੰਦੇ ਦੇ ਕੇਸ ਦੇ ਵਿੱਚੋਂ ਅੱਜ ਵੀਰ ਵੀ ਬਾਹਰ ਆਇਆ ਹੈ, ਅਸੀਂ ਵੀ ਜੇਲ੍ਹ ਕੱਟ ਕੇ ਬਾਹਰ ਆਏ ਹਾਂ। ਔਰ ਕੋਈ ਵੀ ਮੇਰੀ ਸੋਚ ਮਾ ਹਰਚੰਦ ਸਿੰਘ ਵੀ ਇੱਥੇ ਆ, ਕਦੀ ਜੇਲ੍ਹ 'ਚ ਕਦੀ ਕੋਈ ਆਇਆ।